ਅਰデア ਸਾਰੇ ਇਨਗਰੀਡੀਅੰਟਸ ਮੈਂ ਲੈ ਰਹੀ ਹਾਂ ਇਹਨਾਂ ਦੇ ਵਿੱਚੋਂ ਤੁਸੀਂ ਆਪਣੀ ਮਨਪਸੰਦ ਕੋਈ ਵੀ ਲੈ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈ ਕਿ ਇੰਨੇ ਹੀ ਇਨਗਰੀਡੀਅੰਟਸ ਲੈਣੇ ਨੇ ਕਿਉਂਕਿ ਸਾਡੇ ਕੋਲ ਇਹ ਸਾਰੇ ਇਨਗਰੀਡੀਅੰਟਸ ਪਏ ਹੋਏ ਸੀ ਅਸੀਂ ਸੋਚਿਆ ਸਾਰੇ ਇਨਗਰੀਡੀਅੰਟਸ ਨੂੰ ਯੂਜ਼ ਕਰ ਲਈਏ ਤੋਂ ਸੋ ਗਨੋਨਾਪਾਲ ਦਾ ਸਾਰਾ ਤਾਮ-ਝਾਮ ਪਿਆ ਹੋਇਆ ਹੈ ਆਪਣੀ ਟ੍ਰੇ ਬੇਕਿੰਗ ਟ੍ਰੇ ਰੈਡੀ ਹੈ ਵਿੱਚ ਇੱਥੇ ਥੋੜਾ ਜਿਹਾ ਪ੍ਰੋਟੀਨ ਸ਼ੇਕ ਵੀ ਪਾਵਾਂਗੇ ਪ੍ਰੋਟੀਨ ਪਾਊਡਰ ਉਹ ਵੀ ਆਪਣੇ ਕੋਲ ਰੈਡੀ ਹੈ ਜਿੰਨੇ ਵੀ ਆਪਣੇ ਕੋ ਡਰਾਈ ਫਰੂਟਸ ਨੇ ਉਹ ਆਪਾਂ ਇੱਕ ਬੋਲ ਚ ਕਰ ਲਾਂਗੇ ਤੇ ਇਹਦੇ ਚ ਮੈਂ ਪੈਣਗੇ ਓਟਸ ਪੈਣਗੇ ਤੇ ਵਿੱਚ ਮੈਂ ਇਹਦੇ ਚ ਪਾ ਰਹੀਆਂ ਥੋੜੇ ਜਿਹਾ ਕਨਫਲੈਕਸ ਵੀ ਪਾ ਰਹੀਆਂ ਤੇ ਜਿਹੜੇ ਵੀ ਡਰਾਈ ਫਰੂਟ ਨੇ ਜੋ ਵੀ ਤੁਸੀਂ ਪਾਣਾ ਚਾਹੁੰਦੇ ਹੋ ਉਹ ਤੁਹਾਡੀ ਚੋਇਸ ਹੈ ਤੁਸੀਂ ਕਿਵੇਂ ਕਿੰਨੇ ਕਿੰਨੇ ਪਾਣੇ ਨੇ ਤੇ ਕਿਹੜੇ ਕਿਹੜੇ ਪਾਣਾ ਚਾਹੁੰਦੇ ਹੋ ਤੇ ਇਹਦੇ ਚ ਬੇਸਿਕਲੀ ਕੀ ਹੈ ਕਿ ਕੋਕੋਨਟ ਆਇਲ ਨੂੰ ਥੋੜਾ ਜਿਹਾ ਗਰਮ ਕਰਕੇ ਉਸ ਦੇ ਵਿੱਚ ਸਿਨਮੇ ਨੂੰ ਪਾウダー ਪਾ ਕੇ ਚੁਟਕੀ ਪਰ ਨਮਕ ਪਾ ਕੇ ਤੇ ਮਿਕਸ ਕਰਕੇ ਤੇ ਆਪਾਂ ਜਿਹੜਾ ਇਹ ਆਪਾਂ ਬਣਾਇਆ ਹੋਇਆ ਹੈ ਸਾਰਾ ਡਰਾਈ ਫਰੂਟ ਮਿਕਸ ਕੀਤਾ ਹੋਇਆ ਇਹਦੇ ਵਿੱਚ ਆਪਾਂ ਮਿਕਸ ਕਰ ਦਾਂਗੇ ਅچھے ਤਰੀਕੇ ਨਾਲ sweetness ਦੇ ਵਾਸਤੇ ਤੁਸੀਂ ਮੈਪਲ ਸਰਕ ਵੀ ਪਾ ਸਕਦੇ ਹੋ ਸ਼ਹਿਦ ਵੀ ਪਾ ਸਕਦੇ ਹੋ ਬ੍ਰਾਊਨ 슈ਗਰ ਵੀ ਪਾ ਸਕਦੇ ਹੋ ਤੇ ਡੇਟਸ ਵੀ ਪਾ ਸਕਦੇ ਹੋ ਤੁਹਾਡੀ ਮਰਜ਼ੀ ਤੁਸੀਂ sweetness ਦੇ ਵਾਸਤੇ ਕੀ ਪਾਣਾ 170 ਡਿਗਰੀ ਤੇ ਆਪਾਂ ਇਹਨੂੰ 10 ਤੋਂ 15 ਮਿੰਟ ਤੱਕ ਬੇਕ ਕਰ ਲਾਂਗੇ ਬੇਕ ਕਰਕੇ ਇਸ ਤਰੀਕੇ ਦਾ ਹੋ ਜਾਏਗਾ ਫਿਰ ਆਪਾਂ ਨੂੰ ਠੰਡਾ ਕਰਕੇ ਇਹਦੇ ਪੀਸੇਸ ਕੱਟ ਲਾਂਗੇ ਇਸ ਰੈਸਪੀ ਨੂੰ ਜ਼ਰੂਰ ਬਣਾਇਓ ਮੈਨੂੰ ਕਮੈਂਟ ਕਰਕੇ ਦੱਸਿਆ ਜੇ ਇਹ ਤੁਹਾਨੂੰ ਰੈਸਪੀ ਕਿੱਦਾਂ ਦੀ ਲੱਗੀ ਹੈ ਤੇ ਜੇ ਵੀਡੀਓ ਅੱਛੀ ਲੱਗੀ ਹੈ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਜੇ ਤੇ ਇੰਜੋਏ ਕਰੋ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਜੇ ਪਹਿਲਾ ਆਈਕਨ ਨੂੰ ਆਨ ਰੱਖਿਆ ਜੇ ਤਾਂ ਕਿ ਜਦੋਂ ਵੀ ਮੈਂ ਵੀਡੀਓ ਨਵੀਂ ਕੋਈ ਅਪਲੋਡ ਕਰਾਂਗੇ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਮਿਲ ਸਕੇਗਾ